ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅੰਮ੍ਰਿਤਾ ਮਦਾਨ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਸ਼ੋਅ ਵਿੱਚ ਅਸੀਂ ਹਰ ਵਾਰ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਆਪਣੇ ਸਟੂਡੈਂਟ ਵੀਜ਼ਾ ਐਕਸਪਰਟ ਨਾਲ, ਅਤੇ ਅੱਜ ਸਟੂਡੈਂਟ ਵੀਜ਼ਾ ਬਾਰੇ ਹੋਰ ਜਾਣਕਾਰੀ ਦੇਣ ਲਈ ਇੱਕ ਵਾਰ ਫਿਰ ਤੋਂ ਸਾਡੇ ਨਾਲ ਮੌਜੂਦ ਨੇ ਪਿਰਾਮਿਡ ਈ ਸਰਵਿਸਿਜ਼ ਤੋਂ ਪਵਨੂਰ ਸਿੰਘ ਬੇਦੀ। ਪਵਨੂਰ ਸਿੰਘ ਜੀ, ਸਵਾਗਤ ਹੈ ਸ਼ੋਅ ਵਿੱਚ। ਧੰਨਵਾਦ ਸਦਾ ਦੇਣ ਲਈ ਜੀ, ਔਰ ਹਰ ਵਾਰ ਦੀ ਤਰ੍ਹਾਂ ਅੱਜ ਤੁਹਾਡੇ ਨਾਲ ਆਪਾਂ ਮੌਜੂਦ ਹਾਂ, ਤੁਹਾਡੇ ਸਾਹਮਣੇ ਮੌਜੂਦ ਹਾਂ ਜਾਣਕਾਰੀ ਦੇਣ ਲਈ, ਅਪ ਟੂ ਡੇਟ ਇਨਫੋਰਮੇਸ਼ਨ ਦੇਣ ਲਈ ਕੀ ਬਦਲ ਰਿਹਾ ਹੈ ਕੈਨੇਡਾ ਦੇ ਵਿੱਚ, ਆਉਣ ਵਾਲੇ ਸਮੇਂ ਵਿੱਚ ਕੀ ਯੂਕੇ ਓਪਨ ਹੋਏਗਾ ਕਿ ਨਹੀਂ ਹੋਏਗਾ, ਨਿਊਜ਼ੀਲੈਂਡ ਆਪਣੇ ਰੂਲ ਥੋੜ੍ਹੇ ਜਿਹੇ ਯੂਨੋ ਢਿੱਲ ਦੇਗਾ ਕਿ ਨਹੀਂ ਦੇਗਾ, ਇਸ ਬਾਰੇ ਆਪਾਂ ਅੱਜ ਸਾਰੇ ਇਸ ਸ਼ੋਅ ਵਿੱਚ ਗੱਲ ਕਰਾਂਗੇ। ਜੇ ਤੁਸੀਂ ਇਸ ਸ਼ੋਅ ਨੂੰ ਹੁਣੀ ਟਿਊਨ ਇਨ ਕੀਤਾ ਹੈ ਤਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸ ਸਕਦੇ ਹੋ ਕਿ ਸਟੂਡੈਂਟ ਵੀਜ਼ਾ ਬਾਰੇ ਖਾਸ ਜਾਣਕਾਰੀ ਦਿੱਤੀ ਜਾ ਰਹੀ ਹੈ, ਨਿਯਮਾਂ ਬਾਰੇ ਖਾਸ ਜਾਣਕਾਰੀ ਦਿੱਤੀ ਜਾ ਰਹੀ ਹੈ। ਸੋ ਓਵਰ ਟੂ ਯੂ ਪਲੀਜ਼। ਸਰ, ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ, ਰੂਲਸ ਚੇਂਜ ਹੋ ਰਹੇ ਨੇ, ਸਪਟੈਂਬਰ ਇਨਟੇਕ ਵਾਲੇ, ਮੇਨ ਇਨਟੇਕ ਵਾਲੇ ਬੱਚੇ ਬਹੁਤ ਜ਼ਿਆਦਾ ਡਰੇ ਹੋਏ ਨੇ, ਕੀ ਕਰਨਾ ਚਾਹੀਦਾ ਉਹਨਾਂ ਨੂੰ? ਸੋ ਸਭ ਤੋਂ ਪਹਿਲੇ ਆਪਾਂ ਕੁਇਕਲੀ 2 ਮਿੰਟ ਦੇ ਅੰਦਰ ਸਮਝਾਂਗੇ ਰੂਲ ਚੇਂਜ ਕੀ ਹੈ। ਪਿਛਲੇ ਆਪਾਂ ਜਿਹੜੇ ਸਾਡੇ ਸੀਰੀਅਲ ਸ਼ੂਟ ਹੋਏ ਸੀਗੇ ਉਹਦੇ ਵਿੱਚ ਵੀ ਆਪਾਂ ਜਾਣਕਾਰੀ ਦਿੱਤੀ ਸੀਗੀ, ਇੱਕ ਵਾਰੀ ਫਿਰ ਦੱਸਣਾ ਚਾਹਾਂਗੇ। SDS ਸਟੂਡੈਂਟ ਡਾਇਰੈਕਟ ਸਟ੍ਰੀਮ ਆਲਰੇਡੀ ਫਿਲੀਪੀਨਸ ਦੇ ਵਿੱਚ SDS ਇੰਪਲੀਮੈਂਟ ਹੋ ਚੁੱਕਾ ਹੈ। ਸੋ ਇਹ ਅਫਵਾਹਾਂ ਤਾਂ ਨਹੀਂ ਹੈ, ਪਰ ਇਹਦੀ ਡੇਟ ਚੇਂਜ ਜ਼ਰੂਰ ਹੋ ਸਕਦੀ ਹੈ। ਪਰ SDS ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸੇ ਏਜੰਟ ਨੂੰ, ਕਿਸੇ ਗਲਤ ਏਜੰਟ ਨੂੰ ਆਪਣਾ ਕੇਸ ਫੜਾਉਣਾ ਜਾਂ ਵੱਧ ਪੈਸੇ ਡਰ ਦੇ ਕਾਰਨ ਦੇਣਾ ਮੈਂ ਕੋਈ ਜ਼ਿਆਦਾ ਅਕਲਮੰਦੀ ਦਾ ਸੌਦਾ ਨਹੀਂ ਸਮਝਾਂਗਾ। ਮੈਂ ਇਹੀ ਚਾਹਾਂਗਾ ਕਿ ਬੜੀ ਸੋਚ ਸਮਝ ਕੇ, ਬੜੇ ਠਹਿਰਾਵ ਦੇ ਨਾਲ ਤੁਸੀਂ ਆਪਣਾ ਕੇਸ ਪ੍ਰੋਸੈਸ ਕਰੋ, ਤਾਂ ਕਿ ਗਲਤ ਹੱਥਾਂ ਵਿੱਚ ਕੇਸ ਜਾ ਕੇ ਰਿਫਿਊਜ਼ਲ ਨਾ ਕਿਤੇ ਲਵਾ ਕੇ ਬਹਿ ਜਾਣਾ। SDS ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਵਿੱਚ 2 ਮੇਜਰ ਚੇਂਜਸ ਦੇਖੀਆਂ ਜਾ ਰਹੀਆਂ ਹਨ। ਇੱਕ ਤਾਂ 6 ਈਚ ਬੈਂਡ ਲਾਜ਼ਮੀ ਕਰ ਦਿੱਤੇ ਜਾਣਗੇ ਔਰ 1 ਸਾਲ ਦੀ ਫੀਸ ਲਾਜ਼ਮੀ ਕਰ ਦਿੱਤੀ ਜਾਊਗੀ। ਇਹਦੀ ਪੁਸ਼ਟੀ ਹਜੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ, ਹਾਈ ਕਮਿਸ਼ਨ ਵੱਲੋਂ ਨਹੀਂ ਆਈ ਹੈ। ਇਹ ਜਾਣਕਾਰੀ ਕਾਲਜਾਂ ਯੂਨੀਵਰਸਿਟੀਆਂ ਵੱਲੋਂ ਸਾਂਝੀ ਕੀਤੀ ਗਈ ਹੈ, ਉਹ ਵੀ ਅਨਅਫੀਸ਼ਲੀ ਸਾਂਝੀ ਕੀਤੀ ਗਈ ਹੈ। ਸੋ ਜਦੋਂ ਤੱਕ ਓਫੀਸ਼ੀਅਲ ਜਾਣਕਾਰੀ ਹਾਈ ਕਮਿਸ਼ਨ ਵੱਲੋਂ ਨਹੀਂ ਆਉਂਦੀ, ਇਮੀਗ੍ਰੇਸ਼ਨ ਵੱਲੋਂ ਨਹੀਂ ਆਉਂਦੀ, ਆਪਾਂ ਇਹਨੂੰ ਯੂਨੋ ਇੱਕ ਕੰਕਰੀਟ ਜਾਣਕਾਰੀ ਦੇ ਰੂਪ ਵਿੱਚ ਨਹੀਂ ਦੇਖ ਰਹੇ ਹਾਂ। ਹੋਏਗਾ, ਇਹ ਆਪਾਂ ਜ਼ਰੂਰ ਉਮੀਦ ਕਰ ਰਹੇ ਹਾਂ, ਕਿਉਂਕਿ ਫਿਲੀਪੀਨਸ ਵਿੱਚ ਹੋ ਚੁੱਕਾ ਹੈ। ਅਗਰ ਤੁਸੀਂ ਸਰਚ ਕਰੋਗੇ SDS ਫਿਲੀਪੀਨਸ, ਤਾਂ ਤੁਸੀਂ ਦੇਖ ਲਉਂਗੇ ਕਿ ਇਹੀ 2 ਪੁਆਇੰਟ ਉਹਨਾਂ ਨੇ ਉਹਦੇ ਵਿੱਚ ਵੀ ਹਾਈਲਾਈਟ ਕੀਤੇ ਹੈ। 1 ਸਾਲ ਦੀ ਫੀਸ ਔਰ 6 ਬੈਂਡ ਈਚ ਮੋਡਿਊਲ। ਸੋ 6 ਬੈਂਡ ਈਚ ਮੋਡਿਊਲ ਨਾਲ ਬੱਚਿਆਂ ਨੂੰ ਥੋੜ੍ਹੀ ਜਿਹੀ ਹੋਰ ਐਫਰਟ ਕਰਨੀ ਪਊਗੀ, ਆਈਲੈਟਸ ਨੂੰ ਹੋਰ ਇੰਪਰੂਵ ਕਰਨਾ ਪਵੇਗਾ। ਸੋ ਉਹਨਾਂ ਇੰਸਟੀਚਿਊਟਸ ਵਿੱਚ ਆਪਣੀ ਆਈਲੈਟਸ ਦੀ ਟ੍ਰੇਨਿੰਗ ਸ਼ੁਰੂ ਕਰੋ ਜਿੱਥੇ ਇੰਗਲਿਸ਼ ਗਰਾਮਰ ਦੇ ਉੱਪਰ ਵੀ ਐਮਫੋਸਿਸ ਦਿੱਤਾ ਜਾਂਦਾ ਹੈ, ਜਿੱਥੇ ਗਰਾਮਰ ਕਲਾਸਿਸ ਵੀ ਕਰਾਈਆਂ ਜਾਂਦੀਆਂ ਹਨ। ਕਿਉਂਕਿ ਜੇ ਨਹੀਂ ਕਰਵਾਈਆਂ ਜਾਣਗੀਆਂ ਤਾਂ ਅਲਟੀਮੇਟਲੀ ਤੁਹਾਡਾ ਹੀ ਨੁਕਸਾਨ ਹੋਊਗਾ, ਤੁਸੀਂ ਉਹਨੂੰ ਮੈਨੇਜ ਨਹੀਂ ਕਰ ਪਾਓਗੇ। ਦੂਸਰਾ, ਯੂਨੋ ਕਾਲਜਿਸ ਔਰ ਯੂਨੀਵਰਸਿਟੀਜ਼ ਵੀ SDS ਨੂੰ ਲੈ ਕੇ ਥੋੜ੍ਹੇ ਜਿਹੇ ਚਿੰਤਿਤ ਹੈ, ਕਿਉਂਕਿ 6 ਈਚ ਯੂਜਲੀ 30% ਤੋਂ ਵੱਧ ਵਾਲੇ ਬੱਚੇ 6 ਈਚ ਬੈਂਡ ਨਹੀਂ ਲੈ ਪਾਉਂਦੇ। ਇਸ ਕਰਕੇ ਜਨਰਲ ਔਰ ਯੂਨੀਵਰਸਿਟੀ ਵਾਲੇ ਐਪਲੀਕੇਸ਼ਨਸ ਵੀ ਐਕਸੈਪਟ ਹੁੰਦੀਆਂ ਰਹਿਣਗੀਆਂ। ਹੁਣ ਦੇਖਣ ਯੋਗ ਗੱਲ ਇਹੀ ਰਹੇਗੀ ਕਿ ਕੀ ਉਹਨਾਂ ਦਾ ਵੀਜ਼ਾ ਅਪਰੂਵਲ ਰੇਟ SDS ਦੇ ਬਰਾਬਰ ਰਹਿੰਦਾ ਹੈ ਜਾਂ ਉਹਨਾਂ ਦਾ ਵੀਜ਼ਾ ਅਪਰੂਵਲ ਰੇਟ ਡਿੱਗਦਾ ਹੈ, ਕਿ 5-7 ਦਿਨਾਂ 'ਚ ਉਹਨਾਂ ਦੀ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਹੋ ਜਾਊਗੀ ਕਿ 50-60 ਦਿਨ ਵੀ ਲੱਗ ਸਕਦੇ ਹੈ। 1 ਫਰਵਰੀ ਨੂੰ ਇਹਦੀ ਲਾਂਚ ਦੱਸੀ ਗਈ ਹੈ। ਜੇ 1 ਫਰਵਰੀ ਨੂੰ ਲਾਂਚ ਨਹੀਂ ਹੁੰਦੀ ਤਾਂ ਇਹੀ ਉਮੀਦ ਕਰ ਰਹੇ ਹਾਂ ਕਿ ਫਿਰ ਜਨਵਰੀ ਸੈਸ਼ਨ ਵਾਸਤੇ ਇੰਪਲੀਮੈਂਟ ਹੋਊਗਾ। ਯੂਨੋ ਸਪਟੈਂਬਰ ਸੈਸ਼ਨ ਉੱਪਰ ਇਹਦਾ ਕੋਈ ਪ੍ਰਭਾਵ ਨਹੀਂ ਪਏਗਾ, ਪਰ SDS ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਆਪਣਾ ਕੇਸ ਅਪਲਾਈ ਕਰਨ ਤੋਂ ਪਿੱਛੇ ਨਾ ਹਟੋ, ਕਿਉਂਕਿ ਜੇ SDS ਡਿਲੇ ਹੋ ਗਿਆ ਤਾਂ ਬਾਅਦ 'ਚੋਂ ਸੀਟਾਂ ਜੇ ਨਹੀਂ ਮਿਲਣੀਆਂ। ਇਸ ਕਰਕੇ ਆਪਣੀ ਆਫਰ ਲੈਟਰ ਅਪਲਾਈ ਕਰੋ, ਸਪਟੈਂਬਰ ਲਈ ਅਪਲਾਈ ਕਰੋ, ਮਈ ਲਈ ਅਪਲਾਈ ਕਰੋ, ਵੇਟ ਨਾ ਕਰੋ SDS ਨੂੰ ਇੰਪਲੀਮੈਂਟੇਸ਼ਨ ਦੇ ਲਈ। ਜੀ ਦਰਸ਼ਕੋ, ਪਿਰਾਮਿਡ ਈ ਸਰਵਿਸਿਜ਼ ਤੋਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹੋ, ਨੰਬਰ ਹੈ 9256392563। ਸਰ, ਬੱਚਿਆਂ ਨੂੰ ਗਾਈਡ ਕਰਨ ਲਈ ਪਿਰਾਮਿਡ ਈ ਸਰਵਿਸਿਜ਼ ਵੱਲੋਂ ਹਮੇਸ਼ਾ ਸੈਮੀਨਾਰਸ ਲਗਾਏ ਜਾਂਦੇ ਨੇ, ਅੱਗੇ ਕਿਹੜੇ ਸੈਮੀਨਾਰਸ ਆ ਰਹੇ ਨੇ? ਸੋ ਮਈ ਸੈਸ਼ਨ ਦੇ ਲਈ ਸੈਮੀਨਾਰਸ ਚੱਲ ਰਹੇ ਹੈ, ਸਪਟੈਂਬਰ ਸੈਸ਼ਨ ਦੇ ਲਈ ਸੈਮੀਨਾਰਸ ਚੱਲ ਰਹੇ ਹੈ। ਸੈਮੀਨਾਰਸ ਤਾਂ ਬਹੁਤ ਜਗ੍ਹਾ 'ਤੇ ਕਰਵਾਏ ਜਾਂਦੇ, ਅੱਜ ਕੱਲ੍ਹ ਹਰ ਜਣਾ ਖਾਣਾ ਸੈਮੀਨਾਰਾਂ ਦੇ ਨਾਮ 'ਤੇ ਐਪਲੀਕੇਸ਼ਨਾਂ ਇਕੱਠੀਆਂ ਕਰੀ ਜਾ ਰਹੇ ਹੈ, ਪੈਸੇ ਇਕੱਠੇ ਕਰੀ ਜਾ ਰਹੇ ਹੈ, 5-5-10 ਹਜ਼ਾਰ ਰੁਪਏ ਫੜੀ ਜਾ ਰਿਹਾ ਹੈ। ਬਾਅਦ 'ਚੋਂ ਆਫਰ ਆਵੇ ਨਾ ਆਵੇ, ਅਪਲਾਈ ਕੀਤਾ ਹੋਵੇ ਨਾ ਹੋਵੇ, ਕਾਲਜ ਦੇ ਨਾਲ ਸਿੱਧੇ ਕੰਟਰੈਕਟ ਹੋਏ ਨਾ ਹੋਣ, ਪਰ ਬੱਚਿਆਂ ਨੂੰ ਸੈਮੀਨਾਰ ਦੇ ਨਾਮ 'ਤੇ ਯੂਨੋ ਖਰਾਬ ਕੀਤਾ ਜਾ ਰਿਹਾ ਹੈ। ਪਰ ਪਿਰਾਮਿਡ ਈ ਸਰਵਿਸਿਜ਼ ਹਰ ਵਾਰੀ ਇਹੀ ਕੋਸ਼ਿਸ਼ ਕਰਦਾ ਹੈ ਕਿ ਯੂਨੋ ਕਾਲਜਿਸ ਔਰ ਯੂਨੀਵਰਸਿਟੀਜ਼ ਨੂੰ ਸੈਮੀਨਾਰਸ ਦੇ ਵਿੱਚ ਲੈ ਕੇ ਆਇਆ ਜਾ ਸਕੇ, ਤਾਂ ਕਿ ਬੱਚੇ ਰੂਬਰੂ ਹੋ ਸਕਣ, 1-to-1 ਗੱਲਬਾਤ ਕਰ ਸਕਣ ਔਰ ਮੌਕੇ 'ਤੇ ਅਪਲਾਈ ਕਰਨ ਔਰ ਟਾਈਮ ਸਿਰ ਆਫਰ ਲੈਟਰ ਯੂਨੋ ਹਾਸਲ ਕਰ ਸਕਣ। ਸੋ ਸੈਮੀਨਾਰ ਵਿੱਚ ਅਪਲਾਈ ਕੀਤੇ ਵਾਲੇ ਬੱਚਿਆਂ ਨੂੰ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਛੇਤੀ ਆਫਰ ਦਿੱਤੀ ਜਾਵੇ, ਨੋਰਮਲ ਬੱਚਿਆਂ ਨਾਲੋਂ ਛੇਤੀ ਆਫਰ ਦਿੱਤੀ ਜਾਵੇ। ਜੇ ਤੁਸੀਂ ਸਾਡੇ 8, 9, ਔਰ 10 ਦੇ ਸੈਮੀਨਾਰਾਂ ਵਿੱਚ ਹਿੱਸਾ ਨਹੀਂ ਲੈ ਪਾਏ ਜਾਂ ਲੈ ਸਕਦੇ ਹੋ ਲੈ ਪਾਓਗੇ, ਤਾਂ ਤੁਸੀਂ ਅਗਲੇ ਸੈਮੀਨਾਰ ਦੀ ਡੇਟ ਨੋਟ ਕਰ ਲਓ, ਜਿੱਥੇ ਵਿੱਚ ਕੈਨੇਡਾ ਤੋਂ
ਤੋਂ ਚੱਲ ਕੇ ਆ ਰਹੇ ਦਾਖਲਾ ਅਧਿਕਾਰੀ ਤੁਹਾਡੇ ਨਾਲ ਰੂਬਰੂ ਹੋਣਗੇ, ਗੱਲਬਾਤ ਕਰਨਗੇ ਔਰ ਮੌਕੇ ਦੇ ਦਾਖਲੇ ਦਾ ਨਤੀਜਾ ਦੇਣਗੇ। 15 ਤਰੀਕ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਲੰਧਰ ਹੋਟਲ ਕਿੰਗਸ ਦੇ ਵਿੱਚ। ਹੋਟਲ ਕਿੰਗਸ ਵਿੱਚ 15 ਤਰੀਕ ਨੂੰ ਜਲੰਧਰ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਤੋਂ, ਓਨਟੈਰੀਓ ਤੋਂ ਚੱਲ ਕੇ ਆ ਰਹੇ ਹੈ ਕਾਫੀ ਕਾਲਜਿਸ ਔਰ ਯੂਨੀਵਰਸਿਟੀਜ਼। 16 ਤਰੀਕ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਲੁਧਿਆਣੇ ਦੇ ਵਿੱਚ, ਫੋਰਟ ਕਲਾਸਿਕ, ਫੋਰਚੂਨ ਕਲਾਸਿਕ ਬੱਸ ਸਟੈਂਡ ਦੇ ਨੇੜੇ ਹੈ ਹੋਟਲ ਫੋਰਟ ਕਲਾਸਿਕ, ਉੱਥੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। 16 ਤਰੀਕ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ, 17 ਤਰੀਕ ਨੂੰ ਮਾਫੀ ਚਾਹੁੰਦਾ, 16 ਨੂੰ ਸੈਮੀਨਾਰ ਸੀਗਾ ਲੁਧਿਆਣੇ ਦੇ ਵਿੱਚ, 17 ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਮੋਗੇ ਦੇ ਵਿੱਚ ਹੋਟਲ ਔਰਬਿਟ ਕੌਂਟੀਨੈਂਟਲ, 18 ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਅਰੋਮਾ ਹੋਟਲ ਅਰੋਮਾ ਵਿੱਚ, 19 ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਬਠਿੰਡਾ ਕ੍ਰਿਸ਼ਨਾ ਕਲਾਸਿਕ ਦੇ ਵਿੱਚ। ਸੋ ਡੇਟਸ ਇੱਕ ਵਾਰੀ ਫਿਰ ਦੁਬਾਰਾ ਤੋਂ ਨੋਟ ਡਾਊਨ ਕਰ ਲਓ ਔਰ ਆਪਣੇ ਯਾਰਾਂ ਦੋਸਤਾਂ ਨੂੰ ਵਟਸਐਪ ਕਰ ਦਿਓ, ਟੈਕਸਟ ਕਰ ਦਿਓ ਇਹਨਾਂ ਡੇਟਸ ਦਾ ਕਿ ਪਿਰਾਮਿਡ ਦੇ ਸੈਮੀਨਾਰ ਕਰਵਾਏ ਜਾ ਰਹੇ ਹੈ, ਦਾਖਲਾ ਅਧਿਕਾਰੀਆਂ ਨੂੰ ਮਿਲਣ ਦਾ ਇਹ ਸੁਨਹਿਰੀ ਮੌਕਾ ਰਹੇਗਾ। 15 ਤਰੀਕ ਨੂੰ ਜਲੰਧਰ ਹੋਟਲ ਕਿੰਗਸ, 16 ਤਰੀਕ ਨੂੰ ਲੁਧਿਆਣੇ ਫੋਰਟ ਕਲਾਸਿਕ, 17 ਤਰੀਕ ਨੂੰ ਮੋਗੇ ਔਰਬਿਟ ਕੌਂਟੀਨੈਂਟਲ, 18 ਤਰੀਕ ਨੂੰ ਚੰਡੀਗੜ੍ਹ ਹੋਟਲ ਅਰੋਮਾ, 19 ਤਰੀਕ ਨੂੰ ਬਠਿੰਡੇ ਵਿੱਚ ਕ੍ਰਿਸ਼ਨਾ ਕੌਂਟੀਨੈਂਟਲ, ਇਹਨਾਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹੈ। 20 ਔਰ 21 ਨੂੰ ਪਟਿਆਲੇ ਔਰ ਕਰਨਾਲ ਦੇ ਵਿੱਚ ਵੀ ਸੈਮੀਨਾਰ ਕਰਵਾਏ ਜਾਣਗੇ। ਸੋ ਪਟਿਆਲੇ ਵਾਲੇ ਬੱਚੇ 20 ਤਰੀਕ ਨੂੰ ਪਿਰਾਮਿਡ ਦੀ ਟੀਮ, ਕੈਨੇਡਾ ਦੀ ਟੀਮ ਨੂੰ ਮਿਲ ਕੇ, ਕੈਨੇਡਾ ਕਾਲਜਾਂ ਯੂਨੀਵਰਸਿਟੀਆਂ ਨੂੰ ਮਿਲ ਕੇ ਆਪਣਾ ਦਾਖਲਾ ਅਪਲਾਈ ਕਰ ਸਕਦੇ ਹਨ। ਇਹ ਤੋਂ ਇਲਾਵਾ ਪਿਰਾਮਿਡ ਦੀਆਂ ਜਿਹੜੀਆਂ ਬ੍ਰਾਂਚਾਂ ਹੈ ਜਲੰਧਰ, ਲੁਧਿਆਣਾ, ਮੋਗਾ, ਚੰਡੀਗੜ੍ਹ, ਬਠਿੰਡਾ, ਕਰਨਾਲ, ਪਟਿਆਲਾ, ਇਹਨਾਂ ਵਿੱਚ ਤੁਸੀਂ ਕਿਸੇ ਵੀ ਦਿਨ ਜਾ ਕੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਕੈਨੇਡਾ ਜਾਣਾ ਚਾਹੁੰਦੇ ਹੋ, ਅਮੈਰੀਕਾ ਜਾਣਾ ਚਾਹੁੰਦੇ ਹੋ, ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਸਿੰਗਾਪੁਰ ਜਾਣਾ ਚਾਹੁੰਦੇ ਹੋ, ਸਾਈਪ੍ਰਸ ਜਾਣਾ ਚਾਹੁੰਦੇ ਹੋ, ਯੂਰਪ ਦੀ ਕਿਸੇ ਵੀ ਕੰਟਰੀ, ਡੈਨਮਾਰਕ, ਪੋਲੈਂਡ, ਜਰਮਨੀ, ਲਾਤਵੀਆ, ਲਿਥੂਆਨੀਆ ਜਾਣਾ ਚਾਹੁੰਦੇ ਹੋ, ਅਤੇ ਇਹਨੂੰ ਬੜੀ ਪਾਰਦਰਸ਼ਤਾ ਦੇ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ, ਬਹੁਤ ਵਧੀਆ ਜਾਣਕਾਰੀ ਦਿੱਤੀ ਜਾਊਗੀ, ਕੋਈ ਲੁਕੋ ਨਹੀਂ ਹੋਏਗਾ, ਕੋਈ ਪੈਸੇ ਵੱਧ ਨਹੀਂ ਮੰਗੇ ਜਾਣਗੇ, ਕੋਈ ਗਲਤ ਕਾਲਜ ਨਹੀਂ ਦਿੱਤਾ ਜਾਊਗਾ। ਪਿਰਾਮਿਡ ਈ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਹੋਣ ਦੇ ਨਾਤੇ ਇਹ ਮੇਰਾ ਤੁਹਾਡੇ ਸਾਰਿਆਂ ਨਾਲ ਵਾਅਦਾ ਹੈ ਕਿ ਕੋਈ ਠੱਗੀ ਠੋਰੀ ਵਾਲਾ ਇੱਥੇ ਕੰਮ ਨਹੀਂ ਹੈ। ਯੂਨੋ ਜੋ ਦੱਸਦੇ ਹਾਂ ਉਹੀ ਕਰਦੇ ਹਾਂ, ਔਫਰ ਯੂਨੋ ਜਿੱਥੇ ਅਪਲਾਈ ਕਰਦੇ ਹਾਂ, ਯੂਨੋ ਜਿਹੜੇ ਸਰਕਾਰੀ ਕਾਲਜ ਔਰ ਯੂਨੀਵਰਸਿਟੀਜ਼ ਵਿੱਚ ਅਪਲਾਈ ਕਰਦੇ ਹਾਂ ਉੱਥੇ ਉਹ ਕਾਲਜ ਯੂਨੀਵਰਸਿਟੀ ਦੇ ਬੰਦ ਹੋਣ ਦੇ ਕਦੇ ਵੀ ਕੋਈ ਚਾਂਸ ਨਹੀਂ ਰਹਿੰਦੇ। ਔਰ ਉਹ ਤੋਂ ਬਾਅਦ ਜੇ ਕੰਟਰੀ ਦੀ ਵਰਕ ਪਰਮਿਟ ਔਰ PR ਦੀ ਓਪਰਚੁਨਿਟੀ ਮਿਲਦੀ ਹੈ ਤੁਹਾਨੂੰ ਤਾਂ ਉਹ ਤੁਹਾਨੂੰ ਜ਼ਰੂਰ ਪਾਸ ਆਨ ਕੀਤੀ ਜਾਂਦੀ ਹੈ। ਸਰ AUPP ਕੋਰਸ ਬਾਰੇ ਗੱਲ ਕਰਦੇ ਆ, ਪਿਰਾਮਿਡ ਕਾਲਜ ਵਿੱਚ ਕਰਵਾਇਆ ਜਾਂਦਾ, ਬਹੁਤ ਸੇ ਬੱਚੇ ਉਹਦੇ ਬਾਰੇ ਪੁੱਛਦੇ ਨੇ, ਕੀ ਫਾਇਦੇ ਨੇ ਉਹਦੇ? ਸੋ ਯੂਨੋ ਕਿਸੇ ਕਾਰਨਵਸ਼ ਤੁਹਾਡੇ ਕੈਨੇਡਾ ਵਿੱਚ ਮਨ ਨਹੀਂ ਬਣਿਆ ਜਾਂ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੋ ਗਿਆ ਜਾਂ USA ਤੋਂ ਰਿਫਿਊਜ਼ ਹੋ ਗਿਆ, ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਪਿਰਾਮਿਡ ਇੰਟਰਨੈਸ਼ਨਲ ਕਾਲਜ ਤੁਹਾਡੀ ਮਦਦ ਕਰ ਸਕਦਾ ਹੈ। ਜੇ ਤੁਹਾਡੇ ਨੰਬਰ ਚੰਗੇ ਨਹੀਂ ਆਏ, ਜੇ ਤੁਹਾਡੇ ਬੈਂਡ ਚੰਗੇ ਨਹੀਂ ਆਏ, ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਅਤੇ ਤੁਸੀਂ ਪਿਰਾਮਿਡ ਇੰਟਰਨੈਸ਼ਨਲ ਕਾਲਜ ਰਾਹੀਂ ਦਾਖਲਾ ਲੈ ਕੇ ਆਸਟ੍ਰੇਲੀਆ ਜਾਣ ਦੇ ਆਪਣੇ ਸੁਪਨੇ ਨੂੰ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ, ਜਰਮਨੀ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਪਾਥਵੇ ਪ੍ਰੋਗਰਾਮਸ ਰਾਹੀਂ। ਸੋ ਪਾਥਵੇ ਪ੍ਰੋਗਰਾਮਸ ਕੀ ਹਨ? ਜੇ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਹੁਣ ਆਪਾਂ 2017 ਪਾਸ ਆਊਟ ਬੱਚਿਆਂ ਨੂੰ ਹੀ ਐਕਸੈਪਟ ਕਰ ਰਹੇ ਹਾਂ, 2016 ਵਾਲੇ ਬੱਚੇ ਹੁਣ ਆਸਟ੍ਰੇਲੀਆ ਨਹੀਂ ਜਾ ਪਾਣਗੇ, ਡਾਇਰੈਕਟਲੀ ਵੀ ਨਹੀਂ ਜਾ ਪਾਣਗੇ, ਪਾਥਵੇ ਪ੍ਰੋਗਰਾਮ ਰਾਹੀਂ ਵੀ ਨਹੀਂ ਜਾ ਪਾਣਗੇ। 2017 ਵਾਲੇ ਬੱਚੇ ਆਸਟ੍ਰੇਲੀਆ ਪਾਥਵੇ ਪ੍ਰੋਗਰਾਮ ਰਾਹੀਂ 1 ਸਾਲ ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ ਲਾ ਕੇ, 2 ਸਾਲ ਯੂਨੀਵਰਸਿਟੀ ਆਫ ਸਨਸ਼ਾਈਨ ਕੋਸਟ ਜਿਹਦਾ ਕੈਂਪਸ ATMC ਕਾਲਜ ਦੇ ਵਿੱਚ ਹੈ, ਸਿਡਨੀ ਔਰ ਮੈਲਬਰਨ ਕੈਂਪਸ ਵਿੱਚ ਦਾਖਲਾ ਲੈ ਪਾਣਗੇ। 1 ਸਾਲ ਪਿਰਾਮਿਡ ਕਾਲਜ, 2 ਸਾਲ ATMC ਕਾਲਜ, ਯੂਨੀਵਰਸਿਟੀ ਆਫ ਸਨਸ਼ਾਈਨ ਕੋਸਟ, 3 ਸਾਲਾਂ ਦੀ ਡਿਗਰੀ, 2 ਤੋਂ 4 ਸਾਲਾਂ ਦਾ ਵਰਕ ਪਰਮਿਟ ਅਤੇ PR ਜੇ ਐਲੀਜੀਬਿਲਿਟੀ ਬਣਦੀ ਹੋਵੇ ਤਾਂ। ਸੋ ਤੁਸੀਂ ਸਾਰਾ ਕੁਝ ਅਵੇਲ ਕਰ ਸਕਦੇ ਹੋ, ਨਾਲ ਦੀ ਨਾਲ ਆਪਣਾ 15 ਤੋਂ 20 ਲੱਖ ਰੁਪਏ ਦਾ ਫਾਇਦਾ ਕਰ ਸਕਦੇ ਹੋ। ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ ਸਾਨੂੰ ਆਈਲੈਟਸ ਦੀ ਲੋੜ ਨਹੀਂ ਹੈ। CBSE ਵਾਲੇ ਬੱਚੇ 50% ਨੰਬਰਾਂ ਨਾਲ, ਪੰਜਾਬ ਬੋਰਡ ਵਾਲੇ ਬੱਚੇ 60% ਨੰਬਰਾਂ ਨਾਲ ਵੀ ਅਪਲਾਈ ਕਰ ਸਕਦੇ ਹਨ। ਵਿਚ ਮੀਨਸ ਜੇ ਬਾਹਰ ਆਸਟ੍ਰੇਲੀਆ ਵਿੱਚ, ਅੰਮ੍ਰਿਤਾ ਜੀ, ਕਿਸੇ ਨੇ ਅਪਲਾਈ ਕਰਨਾ ਹੋਵੇ ਆਸਟ੍ਰੇਲੀਆ ਦੀ ਕਿਸੇ ਯੂਨੀਵਰਸਿਟੀ 'ਚ ਅਪਲਾਈ ਕਰਨਾ ਹੋਵੇ ਤਾਂ CBSE ਵਿੱਚ ਘੱਟ ਤੋਂ ਘੱਟ 60% ਨੰਬਰ ਮੰਗੇ ਜਾਂਦੇ ਹੈ ਔਰ ਪੰਜਾਬ ਬੋਰਡ ਵਿੱਚ ਘੱਟ ਤੋਂ ਘੱਟ 70% ਨੰਬਰ ਮੰਗੇ ਜਾਂਦੇ ਹੈ, ਪਰ ਇਸ ਪਾਥਵੇ ਪ੍ਰੋਗਰਾਮ ਰਾਹੀਂ 10% ਦੀ ਰਿਲੈਕਸੇਸ਼ਨ ਹੈ, 10% ਘੱਟ ਵੀ ਮਨਜ਼ੂਰ ਕੀਤੇ ਜਾਂਦੇ ਹਨ। ਆਈਲੈਟਸ ਨਹੀਂ ਹੈ, ਆਪਾਂ ਕਰਾਵਾਂਗੇ, ਨੰਬਰ ਘੱਟ ਗਏ
ਪਾਥਵੇ ਵਿੱਚ ਦਾਖਲਾ ਮਿਲੂਗਾ ਔਰ ਸੈਕਿੰਡ ਈਅਰ ਵਿੱਚ ਉਸੇ ਕਲਾਸ 'ਚ ਬੈਠੂੰਗੇ ਜਿਹਦੇ ਵਿੱਚ ਪਹਿਲੇ ਸਾਲ ਵਿੱਚ ਤੁਹਾਡੇ ਯਾਰ ਦੋਸਤ ਗਏ ਸੀਗੇ। ਫਾਇਦਾ ਕੀ ਲਉਂਗੇ ਕਿ ਉਹਨਾਂ ਤੋਂ 6 ਮਹੀਨੇ ਐਡਵਾਂਸ ਤਾਂ ਹੋਊਂਗੇ ਹੀ ਹੋਊਂਗੇ, ਨਾਲ 18 ਤੋਂ 20 ਲੱਖ ਰੁਪਇਆ ਬਚਾ ਵੀ ਪਾਉਂਗੇ। ਸੋ ਦਾਖਲੇ ਚੱਲ ਰਹੇ ਹੈ, ਜਨਵਰੀ ਸੈਸ਼ਨ ਦੇ ਦਾਖਲੇ ਹਜੇ ਵੀ ਓਪਨ ਹੈ, ਫੈਬਰੀ ਸੈਸ਼ਨ ਦੇ ਦਾਖਲੇ ਚੱਲ ਰਹੇ ਹੈ ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ ਆਸਟ੍ਰੇਲੀਆ ਪਾਥਵੇ ਪ੍ਰੋਗਰਾਮ ਰਾਹੀਂ, ਤੁਸੀਂ ਦਾਖਲਾ ਲੈ ਕੇ ਆਸਟ੍ਰੇਲੀਆ ਜਾਣ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਅਸੀਂ ਗੱਲ ਕੀਤੀ ਆਸਟ੍ਰੇਲੀਆ ਦੀ, ਕੈਨੇਡਾ ਦੀ, ਹਰ ਜਗ੍ਹਾ ਆਈਲਟਸ ਚਾਹੀਦੀ ਹੈ। ਕਈ ਬੱਚੇ ਹੁੰਦੇ ਆਈਲਟਸ ਨਹੀਂ ਕਰ ਪਾਉਂਦੇ ਜਾਂ ਬੈਂਡਸ ਨਹੀਂ ਲੈ ਪਾਉਂਦੇ, ਫੰਡਸ ਨਹੀਂ ਹੁੰਦੇ, ਗੈਪ ਆ ਜਾਂਦਾ, ਪਰ ਸੁਪਨਾ ਬਾਹਰ ਜਾਂਦਾ ਹੀ ਹੈ, ਕੀ ਉਹ ਪੂਰਾ ਹੋ ਸਕਦਾ? ਬਿਲਕੁਲ ਪੂਰਾ ਹੋ ਸਕਦਾ, ਕਿਉਂ ਨਹੀਂ ਪੂਰਾ ਹੋ ਸਕਦਾ। ਸੇ ਜੇ ਤੁਹਾਡਾ ਸਟੱਡੀ ਗੈਪ ਵੱਧ ਚੁੱਕਾ ਹੈ, ਜੇ ਤੁਹਾਡੇ ਫੰਡ ਤੁਸੀਂ ਅਰੇਂਜ ਨਹੀਂ ਕਰ ਪਾ ਰਹੇ ਹੋ, ਤਾਂ ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ ਆਸਟ੍ਰੇਲੀਆ ਪਾਥਵੇ ਪ੍ਰੋਗਰਾਮ ਰਾਹੀਂ ਤੁਸੀਂ ਜ਼ਰੂਰ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ, ਤੁਸੀਂ ਜ਼ਰੂਰ ਜਾ ਸਕਦੇ ਹੋ। ਨਾਲ ਦੀ ਨਾਲ ਮੈਂ ਫਿਰ ਇੱਕ ਵਾਰੀ ਕਹਿਣਾ ਚਾਹਾਂਗਾ ਕਿ SDS ਨਵੇਂ ਨਿਯਮਾਂ ਕਰਕੇ ਕਿਤੇ ਆਪਣਾ ਕੇਸ ਖਰਾਬ ਕਰਕੇ ਨਾ ਬਹਿ ਜਾਣਾ, ਆਪਣਾ ਵੇਟ ਨਾ ਕਰੋ, ਕੇਸ ਅਪਲਾਈ ਕਰੋ। ਜਿੰਨੀ ਛੇਤੀ ਅਪਲਾਈ ਕਰੋਗੇ, ਜੇ ਰੂਲ ਬਦਲ ਵੀ ਜਾਂਦੇ ਹੈ ਤਾਂ ਜਨਰਲ ਕੈਟੇਗਰੀ ਤਾਂ ਵੀ ਹੋਏਗੀ, ਯੂਨੀਵਰਸਿਟੀ ਕੈਟੇਗਰੀ ਤਾਂ ਵੀ ਹੋਏਗੀ। ਸੋ ਕੋਈ ਨੁਕਸਾਨ ਜੇ ਨਹੀਂ ਹੋਣ ਲੱਗਾ, ਵੱਧ ਤੋਂ ਵੱਧ ਇਹ ਹੋਏਗਾ ਕਿ ਇੱਕ ਕਾਲਜ ਤੋਂ ਦੂਜੇ ਕਾਲਜ ਵਿੱਚ ਐਡਮਿਸ਼ਨ ਲੈਣੀ ਪਏਗੀ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡਾ ਨੁਕਸਾਨ ਨਹੀਂ ਹੋਣ ਦੇਵਾਂਗੇ। ਆਓ ਕੇਸ ਅਪਲਾਈ ਕਰੋ, ਟਾਈਮ ਸਿਰ ਅਪਲਾਈ ਕਰੋ, ਕੋਸ਼ਿਸ਼ ਕਰਾਂਗੇ ਮਈ ਵਿੱਚ ਹੀ ਤੁਹਾਡਾ ਨਵੇਂ ਨਿਯਮਾਂ ਦੇ ਪਹਿਲੇ ਹੀ ਤੁਹਾਡਾ ਕੇਸ ਕਢਵਾ ਦਈਏ। ਜੇ ਨਹੀਂ ਤਾਂ ਸਪਟੈਂਬਰ ਦੇ ਵਿੱਚ ਇਹਨੂੰ ਜਨਰਲ ਔਰ ਦੂਸਰੇ ਵਿੱਚ ਕਰਵਾ ਕੇ ਦੇਵਾਂਗੇ, ਨਹੀਂ ਤਾਂ ਤੁਸੀਂ ਆਈਲੈਟਸ ਵੀ ਇੰਪਰੂਵ ਕਰ ਸਕਦੇ ਹੋ। ਪਿਰਾਮਿਡ ਆਇਲਟਸ ਇੰਸਟੀਚਿਊਟ ਤੁਹਾਡੀ ਆਇਲਟਸ ਇੰਪਰੂਵ ਕਰਨ ਲਈ ਵੀ ਮਦਦ ਕਰ ਸਕਦਾ ਹੈ। ਪਿਰਾਮਿਡ ਆਇਲਟਸ ਇੰਸਟੀਚਿਊਟ ਦੇ ਸੈਂਟਰ ਜਲੰਧਰ, ਲੁਧਿਆਣਾ, ਮੋਗਾ ਅਤੇ ਬਠਿੰਡੇ ਦੇ ਵਿੱਚ ਹਨ। ਇਹ ਸੈਂਟਰ ਵਰਕਿੰਗ ਹੈ, ਤੁਸੀਂ ਇੱਥੇ ਜਾ ਕੇ ਆਪਣੀ ਆਇਲਟਸ ਕਰ ਸਕਦੇ ਹੋ। ਆਇਲਟਸ ਦੇ ਨਾਲ ਨਾਲ ਗ੍ਰਾਮਰ ਉੱਪਰ ਵੀ ਧਿਆਨ ਦਿੱਤਾ ਜਾਂਦਾ ਹੈ, ਜਿਸ ਕਰਕੇ ਬੱਚੇ ਦੀ ਰਾਈਟਿੰਗ ਦੇ ਵਿੱਚ 6 ਆਉਂਦੇ ਹੈ। ਸੋ 6 ਰਾਈਟਿੰਗ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਪਿਰਾਮਿਡ ਆਇਲਟਸ ਇੰਸਟੀਚਿਊਟ ਤੁਸੀਂ ਜੁਆਇਨ ਕਰਕੇ ਇਹਨੂੰ ਨਵੇਂ ਨਿਯਮਾਂ ਤਹਿਤ 6 ਈਚ ਦੇ ਤਹਿਤ ਤੁਸੀਂ ਅਪਲਾਈ ਕਰ ਪਾਓਗੇ। ਸਰ, ਜਾਂਦੇ ਹੋਏ ਸੈਮੀਨਾਰ ਦੀ ਡੇਟ ਇੱਕ ਵਾਰ ਫਿਰ ਤੋਂ ਦੱਸ ਦਿਓ। ਸੋ ਸੈਮੀਨਾਰ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਮਈ ਸੈਸ਼ਨ ਵਾਸਤੇ ਜਾਣਾ ਚਾਹੁੰਦੇ ਹੋ ਤਾਂ 15 ਤਰੀਕ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਜਲੰਧਰ ਹੋਟਲ ਕਿੰਗਸ ਦੇ ਵਿੱਚ, 16 ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਲੁਧਿਆਣੇ ਫੋਰਟ ਕਲਾਸਿਕ ਦੇ ਵਿੱਚ, 17 ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਮੋਗੇ ਔਰਬਿਟ ਕੌਂਟੀਨੈਂਟਲ ਦੇ ਵਿੱਚ, 18 ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਚੰਡੀਗੜ੍ਹ ਹੋਟਲ ਅਰੋਮਾ ਦੇ ਵਿੱਚ, 19 ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਬਠਿੰਡੇ ਕ੍ਰਿਸ਼ਨਾ ਕੌਂਟੀਨੈਂਟਲ ਦੇ ਵਿੱਚ, 20 ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਪਟਿਆਲੇ, 21 ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਕਰਨਾਲ। ਸੋ 15 ਤੋਂ 21 ਤੱਕ ਕਿਸੇ ਵੀ ਦਿਨ ਤੁਸੀਂ ਆ ਕੇ ਆਪਣੇ ਮੌਕੇ ਦੇ ਦਾਖਲੇ ਦਾ ਨਤੀਜਾ ਲੈ ਸਕਦੇ ਹੋ, ਮਈ ਸੈਸ਼ਨ ਵਾਸਤੇ ਅਪਲਾਈ ਕਰ ਸਕਦੇ ਹੋ। ਜਿੰਨੀ ਛੇਤੀ ਆਉਂਗੇ ਉਨੀ ਜਲਦੀ ਆਪਾਂ ਤੁਹਾਡਾ ਕੇਸ ਅਪਲਾਈ ਕਰਾਂਗੇ, ਔਫਰ ਅਪਲਾਈ ਕਰਾਂਗੇ ਔਰ ਮਈ ਸੈਸ਼ਨ ਵਾਸਤੇ ਤੁਹਾਡਾ ਕੈਨੇਡਾ ਜਾਣ ਦੇ ਸੁਪਨੇ ਨੂੰ ਪੂਰਾ ਕਰਾਂਗੇ। ਪਵਨੂਰ ਸਿੰਘ ਜੀ, ਸ਼ੋਅ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।